ਜ਼ਿਲ੍ਹਾ ਸੰਗਰੂਰ ਦੇ ਪਿੰਡ ਬਡਰੁਖਾ ਵਿੱਚ ਇੱਕ ਲੜਕੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਲੜਕੀ ਦੇ ਪਿਤਾ ਮੁਤਾਬਕ ਉਸਨੇ ਆਪਣੀ ਬੇਟੀ ਦਾ ਵਿਆਹ 8 ਸਾਲ ਪਹਿਲਾਂ ਪਿੰਡ ਬਡਰੁਖਾ ਦੇ ਪਰਮਿੰਦਰ ਸਿੰਘ ਨਾਲ ਕੀਤਾ ਸੀ। ਲੜਕੀ ਦੇ ਪਿਤਾ ਨੇ ਕਿਹਾ ਹੈ ਕਿ ਉਹਨਾਂ ਨੇ ਆਪਣੀ ਹیثیت ਤੋਂ ਜ਼ਿਆਦਾ ਪੈਸੇ ਵਿਆਹ 'ਤੇ ਖਰਚ ਕੀਤੇ ਸਨ, ਪਰ ਲੜਕੀ ਦੇ ਸਹੁਰੇ ਵਾਲੇ ਲੜਕੀ ਨੂੰ ਦਹੇਜ ਲਈ ਤੰਗ ਕਰਨ ਲੱਗੇ ਪਏ, ਜਿਸ ਤੋਂ ਤੰਗ ਆ ਕੇ ਉਸਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਫਿਲਹਾਲ ਪੁਲਿਸ ਨੇ ਲੜਕੀ ਦੇ ਭਰਾ ਦੇ ਬਿਆਨਾਂ ਤੇ ਪਤੀ ਸਨੇ ਸਹੁਰਿਆਂ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ੀ ਸਹੁਰੇ ਵਾਲਿਆਂ ਖਿਲਾਫ ਸਖਤ ਤੋਂ ਸਖਤ ਸਜ਼ਾ ਦੀ ਮੰਗ ਕੀਤੀ ਹੈ। ਕਾਨੂੰਨੀ ਕਾਰਵਾਈ ਅਸੀਂ ਕਰ ਰਹੇ ਹਾਂ ਇਹਦੇ ਖਿਲਾਫ, ਇਹਨਾਂ ਦੇ ਇੱਕ ਤਾਂ ਉਹਦਾ ਘਰ ਵਾਲਾ, ਇੱਕ ਉਹਦਾ ਨਾਨਾ ਸਹੁਰਾ ਹੈਗਾ, ਕੁੜੀ ਸੀ ਵਿਆਹੀ ਮਹਿਲਾ ਚੌਂਕ ਤੋਂ, 8-9 ਸਾਲ ਕਹਿੰਦੇ ਵੀ ਹੋ ਗਿਆ, ਉਹਨੇ ਅੱਜ ਗਾਹੜ ਫਾਹ ਲਿਆ ਹੈਗਾ, ਉਹਦੇ ਹਿਸਾਬ ਨਾਲ ਬਣਦੀ ਕਾਨੂੰਨੀ ਕਾਰਵਾਈ ਉਹਦੇ ਭਾਈ ਦੇ ਬਿਆਨ 'ਤੇ ਕਰ ਰਹੇ ਹਾਂ। ਤਕਰੀਬਨ 8 ਸਾਲ ਪਹਿਲਾਂ ਹੋਈ ਸੀਗੀ, ਚਲੋ ਉਦੋਂ ਹੀ ਅਸੀਂ ਥੋੜ੍ਹਾ ਬਹੁਤਾ ਟਾਰਚਰ ਕਰਦੇ ਰਹਿੰਦੇ ਸੀਗੇ, ਬਾਕੀ ਸ਼ਾਦੀ ਸਾਰਾ ਕੁਝ ਦਿੱਤਾ, ਵਿਆਹ 'ਚ ਮੋਟਰਸਾਈਕਲ ਵਗੈਰਾ ਸਾਰਾ ਕੁਛ, ਪਰ ਫਿਰ ਵੀ ਥੋੜ੍ਹਾ ਬਹੁਤਾ ਕਰਦੇ ਰਹਿੰਦੇ ਸੀਗੇ। ਹੁਣ ਨੌਬਤ ਇਹ ਆ ਗਈ ਕਿ ਅੱਜ ਮਾਰ ਕੇ ਪੈਂਦਾ ਛੁੱਟਿਆ। ਤਾਂ ਕੀ ਪਤਾ ਲੈ, ਪਹਿਲਾਂ ਤੰਗ ਕਰਦੇ ਸੀ ਜੀ ਸਾਨੂੰ, ਤਾਂ ਆਏ ਆ ਵੀ ਇਹਨਾਂ ਨੇ ਉਹ ਕਰਿਆ, ਫਿਰ ਜੋ ਤੰਗ ਕਰਦੇ ਤਾਂ ਮੁੱਕੀ ਤੋਂ ਆਏ ਆ। ਮੈਂ ਤਾਂ ਮੁੱਕੀ ਤੋਂ ਆਏ, ਮੈਂ ਤਾਂ ਪਤਾ ਲੈਣ ਆਈ ਸੀ, ਮੈਨੂੰ ਕਿਹੜਾ ਪਤਾ ਸੀ ਵਿਆਹ ਗੱਲ ਹੋ ਗਈ। 5-4 ਦਿਨ ਪਹਿਲਾਂ ਮੈਂ ਉਹ ਤਾਂ ਕੁੜੀ ਨੇ ਤੜਕੇ ਮੈਨੂੰ ਸਵੇਰੇ ਫੋਨ ਕਰਿਆ, ਕਹਿੰਦੀ ਬੀਬੀ ਮੈਂ ਦਵਾਈ ਲੈਣੀ, ਮੇਰੇ ਨਾਲ ਵਗ ਚੱਲੀ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦੇਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।